ਸੋ ਇਹ ਉਹਨਾਂ ਲੋਕਾਂ ਨੂੰ ਹਮੇਸ਼ਾ ਯਾਦ ਰੱਖਣਾ ਚਾਹੀਦਾ ਜਿਹੜੇ ਲੋਕ ਸਾਡੇ ਵਿਰੋਧ 'ਚ ਭੁਗਤਦੇ ਨੇ, ਵੀ ਅਸੀਂ ਜਿਸ ਰਸਤੇ ਤੁਰ ਪਏ ਹਾਂ ਉਸ ਰਸਤੇ ਦੇ ਉੱਤੇ ਬਣਦਾ ਕੁਛ ਨਹੀਂ, ਢਹਿ ਸਭ ਕੁਛ ਜਾਂਦਾ, ਕਿਉਂਕਿ ਇਹ ਰਸਤਾ ਧਰਮ ਦਾ ਅਤੇ ਧਰਮ ਵੀ ਉਸ ਮੌਕੇ ਦੇ ਉੱਤੇ ਅਸੀਂ ਨਿਭਾਉਣ ਦੀ ਗੱਲ ਕਰ ਰਹੇ ਹਾਂ ਜਿਸ ਮੌਕੇ ਦੇ ਉੱਤੇ ਧਰਮ ਦਾ ਨਾਂ ਲੈਣ 'ਤੇ ਪਾਬੰਦੀ ਹੈ। ਪਾਠ ਕਰਨ ਦੀ ਇਜਾਜ਼ਤ ਹੈਗੀ ਹੈ ਸਾਨੂੰ, ਅਖੰਡ ਪਾਠ ਸਾਹਿਬ ਰਖਾ ਕੇ ਭੋਗ ਪਾਉਣ ਦੀ ਇਜਾਜ਼ਤ ਹੈਗੀ ਹੈ, ਪਰ ਜਿਹੜੇ ਰਾਜ ਦੀ ਅਸੀਂ ਗੱਲ ਕਰਦੇ ਹਾਂ, ਰਾਜ ਜ਼ਰੂਰੀ ਕਿਉਂ ਆ? ਸਵਾਲ ਬੜਾ ਨੌਜਵਾਨਾਂ ਦਾ ਬਾਰ ਬਾਰ ਉੱਭਰਦਾ ਹੈ ਵੀ ਰਾਜ ਦੀ ਕਿਉਂ ਜ਼ਰੂਰਤ ਹੈ। ਦੇਖੋ, ਵੈਸੇ ਤਾਂ ਜਿਹੜਾ ਇੱਕ ਮਨੁੱਖ ਹੈ ਜਿਹਦੇ ਅੰਦਰ ਸੋਝੀ ਹੈ, ਜਿਹਦੇ ਅੰਦਰ ਪਰਮਾਤਮਾ ਨੇ ਇੱਕ ਅਕਲ ਬਖਸ਼ੀ ਹੈ, ਉਹ ਆਜ਼ਾਦ ਹਸਤੀ ਦਾ ਮਾਲਕ ਹੈ। ਦੁਨੀਆ ਦੇ ਉੱਤੇ ਕੋਈ ਵੀ ਤਾਕਤ, ਕੋਈ ਵੀ ਰਾਜ ਕਿਸੇ ਦੂਜੇ ਮਨੁੱਖ ਨੂੰ ਗੁਲਾਮ ਨਹੀਂ ਬਣਾ ਸਕਦਾ। ਆਜ਼ਾਦੀ ਦਾ ਹੱਕ ਇੱਕ ਜਾਨਵਰ ਦਾ ਵੀ ਹੁੰਦਾ। ਜਾਨਵਰ ਪਿੰਜਰੇ 'ਚ ਕੈਦ ਹੋਵੇ, ਉਹਦੇ ਮਨ 'ਚ ਮਨਸ਼ਾ ਹੁੰਦੀ ਹੈ ਮੈਂ ਪਿੰਜਰੇ 'ਚੋਂ ਆਜ਼ਾਦ ਹੋ ਜਾਵਾਂ। ਸੋ ਉਹਦੀ ਇਸ ਮਨਸ਼ਾ ਨੂੰ ਦੀਪ ਦੀ ਬਾਈ ਦੀ ਗੱਲ ਖੁਣੋ ਕ੍ਰਿਮੀਨਲਾਈਜ਼ ਕਰ ਦੇਣਾ, ਭਾਵ ਉਹਨੂੰ ਜੁਰਮ ਬਣਾ ਕੇ ਪੇਸ਼ ਕਰਨਾ ਵੀ ਜਿਹੜੇ ਬੰਦੇ ਆਜ਼ਾਦੀ ਦੀ ਗੱਲ ਕਰਦੇ ਨੇ ਉਹ ਜੁਰਮ ਕਰ ਰਹੇ ਨੇ, ਉਹਨਾਂ ਦੀ ਗੱਲ ਚੰਗੀ ਨਹੀਂ। ਇਹ ਮਨਸ਼ਾ ਸਾਡੀ ਕੌਮ 'ਚ ਆ ਗਈ ਹੈ। ਸੋ ਨੌਜਵਾਨੋ, ਜਦੋਂ ਤੁਸੀਂ ਪੁੱਛਦੇ ਨੇ ਵੀ ਰਾਜ ਕਿਉਂ ਜ਼ਰੂਰੀ ਹੈ, ਬਾਕੀ ਬਹੁਤ ਗੱਲਾਂ ਇਹ 'ਤੇ ਦੱਸੀਆਂ ਜਾ ਸਕਦੀਆਂ, ਬੜੇ ਤਰਕ ਦਿੱਤੇ ਜਾ ਸਕਦੇ ਆ ਵੀ ਫਰਕ ਕਿੱਥੇ ਹੈ। ਸਾਡੇ ਲਈ ਕਾਨੂੰਨ ਅੱਡ ਹੈ, ਅੱਜ ਤੁਸੀਂ ਵਿਆਹ ਕਰਾਉਂਦੇ ਜੋ ਸਿੱਖ ਮੈਰਿਜ ਐਕਟ ਨਹੀਂ ਹੈਗਾ, ਆਨੰਦ ਮੈਰਿਜ ਐਕਟ ਨਹੀਂ ਹੈਗਾ, ਜਦੋਂ ਤੁਹਾਨੂੰ ਕੋਈ ਕਾਗਜ਼ ਪੱਤਰ ਚਾਹੀਦਾ ਵਿਆਹ ਵਾਸਤੇ ਤਾਂ ਉਹ ਹਿੰਦੂ ਮੈਰਿਜ ਐਕਟ ਦੇ ਅਧੀਨ ਤੁਹਾਡਾ ਵਿਆਹ ਰਜਿਸਟਰਡ ਹੁੰਦਾ ਸਾਡਾ ਸਾਰਿਆਂ ਦਾ। ਸੋ ਇਹ ਗੁਲਾਮੀ ਦੀ ਪ੍ਰਥਾ ਕੇ ਨਿਸ਼ਾਨੀ ਹੈ। ਸੰਵਿਧਾਨ ਇਹ ਕਹਿੰਦਾ ਹੈ ਵੀ ਸਿੱਖ ਕੇਸਾਧਾਰੀ ਹਿੰਦੂ ਹੈ। ਸੋ ਜਿਹੜਾ ਮੁਲਕ ਜਿਹਦੀ ਨੀਂਹ ਦੇ ਵਿੱਚ ਇਹ ਲਿਖਿਆ ਗਿਆ ਹੋਵੇ ਵੀ ਸਿੱਖ ਕੇਸਾਧਾਰੀ ਹਿੰਦੂ ਹੈ, ਉਸ ਮੁਲਕ ਦੇ ਵਿੱਚ ਅਸੀਂ ਆਜ਼ਾਦੀ ਕਿਉਂ ਮੰਗਦੇ ਹਾਂ, ਇਹ ਸਵਾਲ ਨਹੀਂ ਹੋਣਾ ਚਾਹੀਦਾ। ਬਹੁਤੇ ਸਵਾਲ ਸਾਨੂੰ ਇਸ ਗੱਲ 'ਤੇ ਹੁੰਦੇ ਆ, ਖੱਬੇ ਪੱਖੀ ਕਾਮਰੇਡ ਜਾਂ ਕਈ ਮਿਸ਼ਨਰੀ ਭਰਾ, ਕਈ ਦੂਜੇ ਤੀਜੇ ਬੰਦੇ ਸਾਨੂੰ ਸਵਾਲ ਕਰਦੇ ਨੇ ਵੀ ਖਾਲਿਸਤਾਨ ਬਣਾ ਕੇ ਤੁਸੀਂ ਕੀ ਕਰੋਗੇ, ਕਿਹੋ ਜਿਹਾ ਰਾਜ ਭਾਗ ਸਿਰਜੋਗੇ। ਪਹਿਲੀ ਗੱਲ, ਇਹ ਸਵਾਲ ਕਿਸੇ ਦਾ ਵੀ ਉਤੇਜਨ 'ਚ ਤੋਂ ਨਹੀਂ ਆਉਂਦਾ, ਇਹ ਈਰਖਾ 'ਚੋਂ ਸਵਾਲ ਨਿਕਲਿਆ। ਕੌਮ ਹੋਵੇ ਗੁਲਾਮ, ਮਾਰ ਪੈ ਰਹੀ ਹੋਵੇ, ਧੀਆਂ ਭੈਣਾਂ ਦੀ ਬੇਪਤੀ ਹੁੰਦੀ ਹੋਵੇ, ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬੇਅਦਬੀ ਹੁੰਦੀ ਹੋਵੇ, ਅਤੇ ਕੋਈ ਸਾਨੂੰ ਇਹ ਸਵਾਲ ਕਰੇ ਵੀ ਤੁਸੀਂ ਰਾਜ ਕਿਹੋ ਜਿਹਾ ਦਿਓ? ਇਹ ਕਿੱਡਾ ਘਟੀਆ ਸਵਾਲ ਹੈ। ਪਿੰਜਰੇ 'ਚ ਕੋਈ ਸ਼ੇਰ ਬੈਠਾ ਹੋਵੇ, ਉਹਨੂੰ ਬਾਹਰ ਕੱਢਣ ਦੀ ਗੱਲ ਹੋਵੇ, ਅਤੇ ਉਹਨੂੰ ਬਾਹਰ ਕੱਢਣ ਤੋਂ ਸਵਾਲ ਇਹ ਕੀਤਾ ਜਾਵੇ ਪਹਿਲਾਂ ਵੀ ਤੂੰ ਜੰਗਲ 'ਚ ਕਿੱਥੇ ਜਾ ਕੇ ਰਾਜ ਕਰੇਂਗਾ? ਭਾਵ ਗੁਲਾਮੀ ਨੂੰ ਦੂਰ ਕਰਨਾ ਪਹਿਲੀ ਜਿਹੜੀ ਕੜੀ ਹੈ, ਰਾਜ ਕਿਵੇਂ ਦਾ ਕਰਨਾ ਕਿਵੇਂ ਦਾ ਨਹੀਂ ਕਰਨਾ ਇਹ ਸਾਡਾ ਦੱਸਣ ਦਾ ਫਰਜ਼ ਨਹੀਂ, ਪਰ ਜੇ ਫਿਰ ਵੀ ਕੋਈ ਸੁਣਨਾ ਚਾਹੁੰਦਾ ਤਾਂ ਅਸੀਂ ਇਹ ਕਹਿ ਦਿੰਦੇ ਹਾਂ ਵੀ ਅਸੀਂ ਉਹ ਰਾਜ ਕਰਨਾ ਹੈ ਜਿਹੜਾ ਮਹਾਰਾਜਾ ਰਣਜੀਤ ਸਿੰਘ ਨੇ ਕੀਤਾ ਸੀ, ਖਾਲਸੇ ਦਾ ਰਾਜ। ਜਿਸ ਰਾਜ ਦੀਆਂ ਗਵਾਹੀਆਂ ਅੱਜ ਪੰਜਾਬ ਦੇ ਸਪੀਕਰ ਕੁਲਤਾਰ ਸਿੰਘ ਸੰਧਵਾ ਜਿਹੜੇ ਸੀ ਉਦੋਂ ਸਟੇਜਾਂ 'ਤੇ ਦੇਖ ਕੇ ਵੀ ਰਾਜ ਬੜਾ ਵਧੀਆ ਸੀ, ਮੈਂ ਉੱਥੇ ਵੀ ਸਵਾਲ ਕੀਤਾ ਸੀ ਵੀ ਜੇ ਉਹ ਰਾਜ ਦੀਆਂ ਤੁਸੀਂ ਤਰੀਫਾਂ ਕਰ ਸਕਦੇ ਜੋ, ਜੇ ਉਸ ਰਾਜ ਦੇ ਪ੍ਰਤੀ ਤੁਸੀਂ ਇਹ ਕਹਿ ਸਕਦੇ ਵੀ ਉਹੋ ਜਿਹਾ ਰਾਜ ਸੰਸਾਰ 'ਤੇ ਹੋਇਆ ਨਹੀਂ, ਅਤੇ ਫਿਰ ਜਦੋਂ ਸਿੱਖ ਨੌਜਵਾਨ ਗੱਲ ਕਰਦੇ ਨੇ ਵੀ ਅਸੀਂ ਖਾਲਿਸਤਾਨ ਲੈਣਾ ਹੈ, ਉਸੇ ਰਾਜ ਦੀ ਤਰਜ਼ 'ਤੇ ਲੈਣਾ ਹੈ, ਤਾਂ ਫਿਰ ਤੁਸੀਂ ਜੇਲ੍ਹਾਂ 'ਚ ਕਦੋਂ ਸੁੱਟਦੇ? ਇਸ ਗੱਲ ਦਾ ਜਵਾਬ ਉਹਨਾਂ ਨੂੰ ਨਹੀਂ ਆਉਂਦਾ, ਕਿਉਂਕਿ ਉਹਨਾਂ ਨੇ ਕੀ ਕੀਤਾ, ਇੱਕ ਪੋਲਿਸੀ ਬਣਾ ਲਈ ਹੈ। ਉਹ ਪੋਲਿਸੀ ਸਮਝਣ ਦੀ ਲੋੜ ਹੈ। ਉਹ ਪੋਲਿਸੀ ਇਹ ਹੈ ਵੀ ਸਾਰਾ ਹਿੰਦੂ ਇਕੱਠਾ ਹੋ ਕੇ ਕਹਿੰਦਾ ਵੀ ਗੁਰੂ ਸਾਡਾ ਵੀ ਗੁਰੂ ਹੈ। ਕਿਸੇ ਹਿੰਦੂ ਨੂੰ ਤੁਸੀਂ ਐਸੇ ਨੂੰ ਨਹੀਂ ਮਿਲੋਗੇ ਜਿਹੜਾ ਇਹ ਕਹੂਗਾ ਵੀ ਨਹੀਂ ਗੁਰੂ ਸਾਡਾ ਗੁਰੂ ਨਹੀਂ ਹੈਗਾ। ਪਰ ਉਹਨਾਂ ਨੇ ਇਹ ਪੋਲਿਸੀ ਬਣਾ ਲਈ ਵੀ ਗੁਰੂ ਨੂੰ ਅਪਣਾ ਲਓ ਅਤੇ ਗੁਰੂ ਦੇ ਸਿੱਖਾਂ ਨੂੰ ਕੱਢ ਦਿਓ ਬਾਹਰ। ਜਿਹੜਾ ਸਿੱਖ ਗੁਰੂ ਦੇ ਰਾਹ 'ਤੇ ਤੁਰਦਾ ਉਹ ਉਹਨਾਂ ਨੂੰ ਪ੍ਰਵਾਨ ਨਹੀਂ, ਗੁਰੂ ਪ੍ਰਵਾਨ ਹੈ। ਅੱਜ ਇੱਕ ਨਵੀਂ ਪਾਲਿਸੀ ਆਪਣੇ ਪੰਥਕ ਬੰਦੇ ਜਿਹੜੇ ਰਾਸ਼ਟਰਵਾਦੀ ਨੇ ਜਾਂ ਜਿਹੜੇ ਪੰਥਕ ਹੋਣ ਦਾ ਦਾਅਵਾ ਕਰੀ ਜਾਂਦੇ ਪਰ ਅੰਦਰੋਂ ਪੰਥਕ ਨਹੀਂ, ਮੈਲ ਹੈ ਜਿਹਨਾਂ ਦੇ ਅੰਦਰ, ਉਹਨਾਂ ਨੇ ਇੱਕ ਨਵੀਂ ਪਾਲਿਸੀ ਬਣਾ ਲਈ। ਉਹ ਇਹ ਹੈ ਵੀ ਸੰਤਾਂ ਦੇ ਮੌਕੇ 'ਤੇ ਬੰਦੇ ਸੰਤਾਂ ਦੇ ਵਿਰੋਧੀ ਰਹੇ ਸੀ, ਜਦੋਂ ਸੰਤ ਸ਼ਹੀਦ ਹੋ ਗਏ ਇਹਨਾਂ ਨੇ ਕਹਿ ਤਾ ਵੀ ਸੰਤ ਬੜੇ ਮਹਾਨ ਆ, ਫਿਰ ਖਾੜਕੂਆਂ ਦੇ ਵਿਰੋਧੀ ਬਣ ਗਏ। ਜਿਹੜੇ ਬੰਦੇ ਉਸ ਦੌਰ 'ਚ ਰਹੇ ਉਹਨਾਂ ਨੂੰ ਪਤਾ ਹੈ ਇਹਨਾਂ ਬੰਦਿਆਂ ਦਾ, ਖਾੜਕੂਆਂ ਦਾ ਵਿਰੋਧ ਇਸ ਕਰਕੇ ਕਰਨਾ ਸ਼ੁਰੂ ਕਰ ਦਿੱਤਾ ਵੀ ਇਹ ਸੰਤਾਂ ਵਰਗੇ ਨਹੀਂ ਬਣ ਸਕਦੇ। ਕੋਈ ਮਨੁੱਖ ਦੁਨੀਆ 'ਤੇ ਦਾਅਵਾ ਨਹੀਂ ਕਰਦਾ ਕਿਸੇ ਦੂਜੇ ਵਰਗੇ ਬਣਨ ਦਾ, ਇਹ ਦਾਅਵਾ ਆਪਣੇ ਕੋਲੋਂ ਹੀ ਗੱਲਾਂ ਮੂੰਹ 'ਚ ਪਾ ਦਿੰਦੇ ਨੇ, ਆਪਣੇ ਕੋਲੋਂ ਹੀ ਫਿਰ ਉਹਦੇ ਜਵਾਬ ਦੇਣ ਲੱਗ ਪੈਂਦੇ। ਫਿਰ ਜਦੋਂ ਬਾਈ ਦੀਪ ਆਇਆ ਸੰਘਰਸ਼ ਦੀ ਖਲੋਟ ਤੋਂ ਬਾਅਦ, ਸੰਘਰਸ਼ 'ਚ ਇੱਕ ਖਲੋਤ ਆ ਗਈ ਸੀ, ਉਹਨੇ ਆਣ ਕੇ ਤੋੜੀ ਅਤੇ ਉਹਦੇ 'ਤੇ ਰੌਲਾ ਪਾ ਦਿੱਤਾ ਵੀ ਭਾਈ ਇਹ ਮੋਨਾ ਘੋਨਾ ਹੈ, ਇਹਨੇ ਅੰਮ੍ਰਿਤ ਨਹੀਂ ਛਕਿਆ, ਇਹ ਪੰਥ ਦਾ ਜਥੇਦਾਰ ਨਹੀਂ ਬਣ ਸਕਦਾ, ਪੰਥ ਦਾ ਆਗੂ ਨਹੀਂ ਬਣ ਸਕਦਾ। ਉਹਨੇ ਦਾਅਵਾ ਨਹੀਂ ਸੀ ਕੀਤਾ ਵੀ ਮੈਂ ਆਗੂ ਬਣਨਾ ਆ। ਫਿਰ ਉਸ ਤੋਂ ਬਾਅਦ ਉਹਦੀ ਸ਼ਹੀਦੀ ਹੁੰਦੀ ਹੈ, ਉਸ ਦੀ ਸ਼ਹੀਦੀ ਤੋਂ ਬਾਅਦ 'ਚ ਜੇ ਮੈਂ ਆਇਆ ਤਾਂ ਮੈਨੂੰ ਇਹ, ਮੈਂ ਅੰਮ੍ਰਿਤ ਵੀ ਛਕ ਲਿਆ, ਖੰਡੇ ਪਾਠ ਦੀ ਪੌੜ ਵੀ ਲੈ ਲਈ ਹੈ, ਮੈਂ ਨੌਜਵਾਨਾਂ 'ਚ ਖੰਡੇ ਪਾਠ ਦੀ ਪੌੜ ਦਾ ਪ੍ਰਚਾਰ ਵੀ ਕਰਦਾ ਜਿਹੜੀ ਮਹਾਰਾਜ ਨੇ ਸੇਵਾ ਲਾਈ ਹੈ,
ਹੁਣ ਇਹਨਾਂ ਨੇ ਇਹ ਕੰਮ ਕਹਿਣਾ ਸ਼ੁਰੂ ਕਰਤਾ। ਮੋਨੇ ਘੋਨਿਆਂ ਨੂੰ ਕਹਿੰਦੇ ਸੀ ਵੀ ਜਥੇਦਾਰ ਨਹੀਂ ਬਣ ਸਕਦੇ, ਜੇ ਬਾਣਾ ਬਾਣੀ ਦੇ ਧਾਰਨੀ ਹੋ ਕੇ ਬਾਣਾ ਪਾ ਲਿਆ ਤੇ ਫਿਰ ਕਹਿੰਦੇ ਵੀ ਤੁਸੀਂ ਨਕਲ ਕਰਨ ਲੱਗ ਪਏ ਜੋ ਸੰਤਾਂ ਦੀ। ਇਹਨਾਂ ਦਾ ਪੰਜਾਬੀ 'ਚ ਆਪਣੇ ਕਹਾਵਤ ਹੈ ਨਾ ਪਿੰਡਾਂ ਦੇ ਵਿੱਚ ਵੀ ਇਹਦੇ ਨਹੀਂ ਵਸਣਾ, ਇਹਦੀ ਖੰਦ ਦੀ ਦਾੜੀ ਹਲਦੀ ਹੈ। ਇਹਨਾਂ ਦਾ ਇਹ ਕੰਮ ਕਰ ਰਿਹਾ ਪੰਥਕਾਂ ਦਾ। 20 ਸਾਲ ਜਿਹੜੇ ਪੰਥਕ ਘੁਰਨਿਆਂ 'ਚ ਵੜੇ ਰਹੇ, ਜਿਹੜੇ ਬਾਹਰ ਨਹੀਂ ਨਿਕਲੇ, ਜਿਹਨਾਂ ਬਾਹਰ ਨਿਕਲੇ ਕੌਮ ਦੀ ਹਾਲਤ ਨਹੀਂ ਵੇਖੀ, ਜਿਹਨਾਂ ਇਹ ਵੇਖਣਾ ਜ਼ਰੂਰੀ ਨਹੀਂ ਸਮਝਿਆ ਵੀ ਕਿਹੜਾ ਨੌਜਵਾਨ ਕਿੱਥੇ ਜੇਲ੍ਹਾਂ 'ਚ ਜਾ ਰਿਹਾ, ਜਿਹਨਾਂ ਇਹ ਜ਼ਰੂਰੀ ਨਹੀਂ ਸਮਝਿਆ ਵੀ ਨੌਜਵਾਨਾਂ 'ਤੇ ਕਿਹੋ ਜਿਹਾ ਤਸ਼ੱਦਦ ਹੋ ਰਿਹਾ, ਜਿਹਨਾਂ ਬਾਹਰ ਨਿਕਲ ਕੇ ਆਵਾਜ਼ ਨਹੀਂ ਪੁੱਛੀ ਵੀ ਜਿਹਨਾਂ ਦੇ ਨੌਜਵਾਨ ਘਰਾਂ 'ਚੋਂ ਖਾੜਕੂ ਸੰਘਰਸ਼ ਦੇ ਦੌਰਾਨ ਸ਼ਹੀਦ ਹੋ ਗਏ ਸੀ, ਉਹਨਾਂ ਪਰਿਵਾਰਾਂ ਦੀ ਕੀ ਹਾਲਤ ਹੈ। 20 ਸਾਲਾਂ ਬਾਅਦ ਘੁਰਨਿਆਂ 'ਚੋਂ ਨਿਕਲੇ ਨੇ ਅਤੇ ਨਿਕਲਦਿਆਂ ਹੀ ਰੌਲਾ ਪਾ ਦਿੱਤਾ ਵੀ ਸ਼ਾਂਤੀ ਕਾਇਮ ਕਰ ਲਓ ਜੀ, ਸ਼ਾਂਤੀ ਭੰਗ ਨਾ ਕਰੋ। ਪਹਿਲੀ ਤਾਂ ਗੱਲ ਹੈ ਵੀ ਨਾ ਤਾਂ ਅਸੀਂ ਕਿਤੇ ਗੋਲੀ ਚਲਾਈ ਹੈ, ਨਾ ਕੋਈ ਧਮਾਕਾ ਕੀਤਾ, ਨਾ ਕਿਸੇ ਨੂੰ ਮਾਰਿਆ ਨਾ ਕੁੱਟਿਆ। ਅਸੀਂ 4 ਕੀਤੀਆਂ ਗੱਲਾਂ ਜਿਹੜੀਆਂ ਤੁਸੀਂ ਵੀ ਕਰਦੇ ਆਏ ਜੋ ਲੰਮੇ ਸਮੇਂ ਤੋਂ, ਪਰ ਤੁਸੀਂ ਉਹ ਗੱਲਾਂ ਦਿਲੋਂ ਨਹੀਂ ਕੀਤੀਆਂ। ਤੁਸੀਂ, ਤੁਹਾਡੇ ਦਿਲਾਂ 'ਚ ਮੈਲ ਸੀ, ਮੈਲ ਕਰਕੇ ਜਿਹੜੀ ਗੱਲ ਤੁਹਾਡੇ ਮੂੰਹ 'ਚੋਂ ਨਿਕਲੀ ਲੋਕਾਂ ਦੇ ਕੰਨਾਂ ਤੱਕ ਪਹੁੰਚੀ, ਹਿਰਦੇ ਤੱਕ ਪਹੁੰਚੀ ਨਹੀਂ। ਅਸੀਂ ਇਹ ਦਾਅਵਾ ਨਹੀਂ ਕਰਦੇ ਵੀ ਸਾਡੇ ਮੈਲ ਨਹੀਂ ਹੈਗੀ, ਇਹ ਦਾਅਵਾ ਮਨੁੱਖ ਆਪ ਨਹੀਂ ਕਰਨਾ ਚਾਹੀਦਾ ਕਿਸੇ ਨੂੰ, ਪਰ ਜੇ ਨੌਜਵਾਨਾਂ ਨੂੰ ਲੱਗਾ ਵੀ ਸਾਨੂੰ ਲਾਮਬੰਦ ਹੋਣਾ ਚਾਹੀਦਾ, ਨੌਜਵਾਨਾਂ ਨੂੰ ਲੱਗਾ ਵੀ ਸਾਨੂੰ ਖੰਡੇ ਬੱਟ ਦੀ ਪੌੜ ਛੱਡਣੀ ਚਾਹੀਦੀ, ਇਹਦੇ 'ਚ ਗਲਤ ਕੀ ਹੋ ਗਿਆ, ਗੁਨਾਹ ਕੀ ਹੋ ਗਿਆ, ਪਰ ਈਰਖਾ ਐਸੀ ਹੈ, ਇਸ ਈਰਖਾ ਨੇ ਸਾਡਾ ਰਾਜ ਡੋਬਿਆ ਸੀ। ਦੂਜੇ ਤੋਂ ਇੱਕ ਈਰਖਾ ਕਰ ਲੈਣੀ, ਹਰੀ ਸਿੰਘ ਨਲੂਏ ਤੋਂ ਈਰਖਾ ਹੋ ਗਈ ਕਈਆਂ ਨੂੰ ਵੀ ਮਹਾਰਾਜਾ ਇਹਦੇ ਨਾਲ ਜ਼ਿਆਦਾ ਕਰਦਾ, ਸਾਡੇ ਨਾਲ ਘੱਟ ਕਰਦਾ। ਇਹ ਈਰਖਾ ਨੇ ਬਹੁਤ ਵੱਡਾ ਨੁਕਸਾਨ ਕਰਾਇਆ ਡੋਗਰਿਆਂ ਨੇ ਇਸ ਈਰਖਾ 'ਚ ਆ ਕੇ। ਸੋ ਅੱਜ ਅਸੀਂ ਇਹ ਤੋਂ ਬਚਣਾ ਕਿਵੇਂ, ਮੇਰੀ ਨੌਜਵਾਨਾਂ ਨੂੰ ਅਪੀਲ ਹੈ। ਸੰਘਰਸ਼ ਜਦੋਂ ਚੱਲਦਾ, ਹਰ ਸੰਘਰਸ਼ ਦੇ ਵਿੱਚ ਗਦਾਰ ਪੈਦਾ ਹੁੰਦੇ ਨੇ, ਸੂਰਮੇ ਪੈਦਾ ਹੁੰਦੇ ਨੇ, ਹਰ ਸੰਘਰਸ਼ ਦੇ ਵਿੱਚ ਉਹ ਵੀ ਲੋਕ ਪੈਦਾ ਹੁੰਦੇ ਨੇ ਜਿਹੜੇ ਦੁਚਿੱਤੀ 'ਚ ਰਹਿੰਦੇ ਨੇ, ਜਿਹਨਾਂ ਨੂੰ ਕੁਛ ਨਹੀਂ ਪਤਾ ਵੀ ਕੀ ਵਾਪਰ ਰਿਹਾ। ਇਹ 3-4 ਵਰਗ ਸੰਘਰਸ਼ 'ਚ ਹੁੰਦੇ ਨੇ। ਅਸੀਂ ਇੱਕ ਪ੍ਰਣ ਕਰਨਾ, ਗੁਰੂ ਦੀ ਹਜ਼ੂਰੀ 'ਚ ਬੈਠੇ ਹਾਂ, ਜਿਹੜੇ ਪੁਰਾਣੇ ਕਨਫਲਿਕਟ ਆ, ਪੁਰਾਣੇ ਵਿਰੋਧ ਆ ਖਾੜਕੂ ਧਿਰਾਂ ਦੇ ਆਪਸੀ, ਜਿਹੜੇ ਵਿਰੋਧ ਗੋਲੀ ਦੇ ਨਾਲ ਨਿਬੜੇ ਬਾਅਦ 'ਚ, ਉਹਨਾਂ ਵਿਰੋਧ ਦੇ ਵਿਰੋਧਾਭਾਸ 'ਚ ਆ ਕੇ ਉਹਨਾਂ ਨੇ ਸਿਰਫ ਇੱਕ ਦੂਜੇ ਨੂੰ ਗੱਲਾਂ ਨਹੀਂ ਕੀਤੀਆਂ, ਹੱਥਾਂ 'ਚ ਹਥਿਆਰ ਹੀ ਗੋਲੀਆਂ ਤੱਕ ਮਾਰ ਦਿੱਤੀਆਂ। ਹਕੂਮਤ ਨੇ ਤਾਂ ਸਾਡੇ ਬੰਦੇ ਕੋਹ ਕੋਹ ਕੇ ਮਾਰੇ, ਪਰ ਸਾਡੇ ਆਪਣੇ ਬੰਦਿਆਂ ਨੇ ਇੱਕ ਦੂਜਿਆਂ ਦਾ ਕਤਲੇਆਮ ਜਿਹੜਾ ਕੀਤਾ, ਉਹ ਵੀ ਉਹਦੇ ਬਾਰੇ ਵੀ ਸੋਚਣ ਦੀ ਲੋੜ ਹੈ। ਅੱਜ ਜਿਹੜਾ ਵੀ ਬੰਦਾ ਤੁਹਾਨੂੰ ਕਹਿੰਦਾ ਵੀ ਪੁਰਾਣਾ ਬੰਦਾ ਇੱਦਾਂ ਸੀ ਜੀ, ਉਹਨੂੰ ਕਹੋ ਵੀ ਦੇਖੋ ਅਸੀਂ ਨਵੀਂ ਪੀੜ੍ਹੀ ਹਾਂ, ਅਸੀਂ ਆਪਣਾ ਸੰਘਰਸ਼ ਆਪ ਲਿਖਿਆ, ਅਸੀਂ ਆਪਣਾ ਰਾਹ ਫੜਨਾ, ਸਾਡੇ ਰਾਜ ਵੀ ਗਦਾਰਾਂ ਨੇ ਆਉਣਾ। ਇਹ ਨਾ ਸੋਚੋ ਵੀ ਗਦਾਰ ਕੋਈ ਪੈਦਾ ਨਹੀਂ ਹੋਣੇ, ਸਾਡੇ ਰਾਜ ਤੁਹਾਡੇ 'ਚੋਂ ਮੁਸ਼ਕਲ ਆਉਣੀਆਂ ਆਉਣੀਆਂ ਨੇ, ਪਰ ਇਸ ਗੱਲ 'ਚ ਕੋਈ ਸਿਆਣਪ ਨਹੀਂ ਵੀ ਪਹਿਲਾਂ ਅਸੀਂ ਤੁਹਾਡਾ ਬੋਝ ਚੱਕੀਏ, ਜਿਹੜਾ ਤੁਸੀਂ ਆਪਸੀ ਧਿਰਾਂਬਾਦੀ ਪੈਦਾ ਕੀਤੀ ਹੈ ਉਹ ਵੀ ਰੱਖੀਏ ਮੋਢਿਆਂ 'ਤੇ, ਅਤੇ ਜਿਹੜਾ ਸਾਡੇ 'ਚ ਆਉਣਾ ਵਾ ਉਹਨੂੰ ਵੀ ਮੋਢਿਆਂ 'ਚ ਚੁੱਕੀ ਫਿਰੀਏ, ਇਹ ਗੱਲ ਚੰਗੀ ਨਹੀਂ ਹੈਗੀ। ਸੋ ਸਾਡੇ ਲਈ ਜ਼ਰੂਰੀ ਇਹ ਹੈ ਉਹਨਾਂ ਨੂੰ ਮੱਥਾ ਟੇਕ ਦੇਣਾ ਵੀ ਪਹਿਲਾਂ ਤੁਸੀਂ ਇੱਕ ਦੂਜੇ ਨਾਲ ਕੀ ਕੀਤਾ, ਸਾਨੂੰ ਲੈਣਾ ਦੇਣਾ ਨਹੀਂ, ਅਸੀਂ ਧਿਰਬੰਦੀ 'ਚ ਨਹੀਂ ਪੈਣਾ। ਸਾਰੇ ਪਹਿਲੀ ਗੱਲ 'ਤੇ ਬਜ਼ੁਰਗਾਂ ਦਾ ਕੰਮ ਕੀ ਹੁੰਦਾ, ਬਜ਼ੁਰਗਾਂ ਦਾ ਕੰਮ ਹੁੰਦਾ ਸੰਘਰਸ਼ ਦੇ ਵਿੱਚੋਂ ਨਿਚੋੜ ਕੱਢ ਕੇ, ਚੰਗਾ ਤੱਤ ਕੱਢ ਕੇ, ਸੱਚ ਕੱਢ ਕੇ ਅਗਲੀ ਪੀੜ੍ਹੀ ਦੇ ਮੋਢਿਆਂ 'ਤੇ ਰੱਖ ਦੇਣਾ ਵੀ ਹੁਣ ਇਹਨੂੰ ਅੱਗੇ ਲੈ ਕੇ ਜਾਓ। ਪਰ ਸਾਡੀ ਕੌਮ 'ਚ ਇੱਕ ਬੜੀ ਭੈੜੀ ਆਦਤ ਪੈ ਗਈ ਹੈ ਬੰਦਿਆਂ ਨੂੰ, ਅਤੇ ਵਿਦਵਾਨ ਵਰਗ ਨੂੰ ਖਾਸ ਕਰਕੇ, ਉਹ ਆਦਤ ਇਹ ਹੈ ਵੀ ਪੁਰਾਣੇ ਸੰਘਰਸ਼ ਦਾ ਜੋ ਮਾੜਾ ਨਤੀਜਾ, ਜੋ ਉਹਦੇ 'ਚ ਕੋਈ ਚੰਗੀ ਗੱਲ ਨਹੀਂ ਸੀ, ਜੋ ਔਗਣ ਸੀ, ਉਹ ਕੱਢ ਕੱਢ ਕੇ ਲਿਆਉਂਦੇ ਨੇ ਅਤੇ ਨੌਜਵਾਨਾਂ ਨੂੰ ਦਿਖਾਉਂਦੇ ਨੇ, ਡਰਾਉਂਦੇ ਨੇ। ਫਿਰ ਡਰਾਵੇ ਕਾਹਦੇ ਵੀ ਤੁਸੀਂ ਜੇਲ੍ਹਾਂ ਨਹੀਂ ਵੇਖੀਆਂ ਜੀ, ਤੁਹਾਡੇ 'ਤੇ ਜਦੋਂ ਜਵਾਬਾਂ ਲੱਗੂ ਤੁਹਾਨੂੰ ਪਤਾ ਲੱਗ ਜੂ, ਤੁਹਾਡਾ ਜਦੋਂ ਤੁਹਾਨੂੰ ਛਿੱਤਰ ਫਿਰਿਆ ਤੁਹਾਨੂੰ ਪਤਾ ਲੱਗ ਜੂਗਾ। ਦੇਖੋ ਇਹਨਾਂ ਨੂੰ ਪੁੱਛੋ ਵੀ ਪਹਿਲੀ ਵਾਰ ਜਦੋਂ ਤੁਸੀਂ ਜੇਲ੍ਹਾਂ 'ਚ ਗਏ ਸੀ ਤੁਹਾਨੂੰ ਕਿਸੇ ਨੇ ਇਹ ਡਰਾਵਾ ਪਾ ਕੇ ਘੱਲਿਆ ਸੀ? ਅਤੇ ਜੇ ਪਾ ਦਿੱਤਾ ਹੁੰਦਾ ਘਰਾਂ 'ਚ ਬਹਿ ਜਾਂਦੇ? ਅਸੀਂ ਜਿਹੜੇ ਰਾਹ 'ਤੇ ਤੁਰੇ ਹਾਂ ਅਸੀਂ ਬੜਾ ਕੁਛ ਵੇਖਣਾ ਹੈ, ਅਤੇ ਸਾਨੂੰ ਇਸ ਗੱਲ ਦਾ ਭੁਲੇਖਾ ਨਹੀਂ, ਅਸੀਂ ਕਿਸੇ ਭੁਲੇਖੇ 'ਚ ਨਹੀਂ ਹੈਗੇ, ਇਸ ਇਲਾਕੇ 'ਚ ਰਹੇ ਹਾਂ, ਸਾਨੂੰ ਸੁਣਦੇ ਵੱਡੇ ਹੋਏ ਹਾਂ ਸਾਰਾ ਕੁਛ ਕੀ ਕੁਛ ਵਾਪਰਿਆ, ਅਸੀਂ ਇਸ ਭੁਲੇਖੇ 'ਚ ਬਿਲਕੁਲ ਨਹੀਂ ਵੀ ਸਾਡੇ ਨਾਲ ਕੀ ਹੋ ਸਕਦਾ ਕੀ ਨਹੀਂ ਹੋ ਸਕਦਾ। ਅਤੇ ਪਹਿਲੇ ਦਿਨ ਜਦੋਂ ਇਹ ਗੱਲ ਕਹੀ ਸੀ ਵੀ ਸਤਿਗੁਰ ਸੱਚੇ ਪਾਤਸ਼ਾਹ ਦੇ ਬਚਨ ਆ, ਪਹਿਲਾਂ ਮਰਨ ਕਬੂਲ, ਜੀਵਨ ਕੀ ਛਡਾਸ, ਹੋ ਸਭਨਾ ਕੀ ਰੇਣੂਕਾ ਤੋਂ ਆਓ ਹਮਾਰੇ ਪਾਸ। ਅਸੀਂ ਇਹ ਬਚਨ ਸਿਰਫ ਪੜ੍ਹਨ ਨੂੰ ਨਹੀਂ ਸੁਣੇ ਜਾਂ ਸੁਣਾਏ, ਇੱਥੇ ਇਹਨਾਂ 'ਤੇ ਅਮਲ ਕਰਨਾ, ਅਮਲ ਕਰਨ ਦੀ ਕੋਸ਼ਿਸ਼ ਕਰਨੀ ਹੈ, ਮੌਤ ਦਾ ਭੈ ਮਨ 'ਚੋਂ ਕੱਢਣਾ ਹੈ, ਖੰਡੇ ਬਾਟੇ ਦੀ ਪੌਲ ਛੱਕਣ ਲਈ ਨੌਜਵਾਨਾਂ ਨੂੰ ਤਾਂ ਕਿਹਾ ਸੀ ਵੀ ਗੁਰੂ ਦਾ ਹੁਕਮ ਹੈ, ਇਸ ਪੌਲ ਨੇ ਮ੍ਰਿਤ ਨੂੰ ਅੰਮ੍ਰਿਤ ਕਰਨਾ, ਭਾਵ ਮੁਰਦੇ ਨੂੰ ਜਿਉਂਦੇ ਕਰ ਦੇਣਾ ਹੈ। ਅਤੇ ਨੌਜਵਾਨਾਂ ਨੂੰ ਇਹ ਸੀ ਵੀ ਆਪਾਂ ਆਵਾਂਗੇ, ਇਕੱਠੇ ਹੋਵਾਂਗੇ, ਇੱਕ ਤਾਂ ਵਿਕਾਰਾਂ ਤੋਂ ਬਚਾਂਗੇ, ਨਸ਼ਿਆਂ ਦਾ ਜਿਹੜਾ ਦਰਿਆ ਵਗ ਰਿਹਾ ਪੰਜਾਬ ਦਾ ਉਹਦੇ ਤੋਂ ਬਚਾਂਗੇ, ਇੱਕ ਜਿਹੜੇ ਸਾਡੇ ਜ਼ਿੰਦਗੀ ਦੇ ਵਿੱਚ ਦਿੱਖ ਦਿਖਾਵੇ ਨੇ ਵੀ ਅਸੀਂ ਦਿਖਾਵਾ ਕਰਨ ਦੇ ਵਿੱਚ ਰੁੱਝੇ ਹੋਏ ਹਾਂ, ਉਸ ਤੋਂ ਬਚ ਜਾਂਗੇ, ਅਤੇ ਨਾਲ ਅਸੀਂ ਕੌਮ ਲਈ ਸੰਘਰਸ਼ ਲੜਾਂਗੇ। ਮੈਨੂੰ ਬੜੇ ਲੋਕਾਂ ਨੇ ਸਵਾਲ ਕੀਤਾ ਵੀ ਤੁਸੀਂ ਸਿਰ ਦੇਣ ਦੀ ਗੱਲ ਕੀਤੀ ਹੈ ਜੀ, ਸਿਰ ਕਿਹੜਾ ਦੇਣਾ ਹੈ,
क्योंकि बहुत नूं दे बहुत तुकां दे अर्थ इदां करी जांदे ने वी जिथे लड़न मरन की गल आउंदी होवे उत्थे जिहदा लड़न नूं जी ना करे वह तुक की बाणी दी व्याख्या ही इदां दी कर दिंदा वी लड़ना ना पवे। वह कहिंदे वी जिहड़े बचन ने सूरा सो पहचानिया जो लड़े दीन घेत पुरजा पुरजा कट मरे कबू ना छड़े खेत। इहदा अर्थ है जी मन की लड़ाई है जी, मन की लड़ाई। महाराज ने पुरजा पुरजा कट के क्यों कहना सी? भगत कबीर जी के बचन ने यह क्यों कहना सी भी पुरजा पुरजा कट्टा जांदा है? दीन दे हेत लड़दियां सूरमे किसी का पुरजा पुरजा कट्टिया जा रहा यह कहिंदे मन की लड़ाई है। यह क्यों कहा जाता? इस करके कहा जाता भी आप जदों को मनुख ना करना चाहे वह संसार की व्याख्या इस तरीके ने करता है भी उन्होंने जिमें सूट करती जिमें उन्होंने चंकी लगती। सो असी नौजवानों इस गल तैयार हो जाओ जिमें भाई साहब ने कहा जिहड़े भी राह आजादी वालू जाते हैं सारे असी शामिल होना है, चाहे वोटा ने चाहे कुछ है। जड़िया धिर आजाद राज की गल करके तुहाडे को वोट मंगण आउंदियां उन्होंने वोट भी पाउणी है, पर किसी भी हल के उत्ते इन्ना निश्चा नहीं कर लेना भी इहो ही हल सानू इधर लैके चलूगा। क्योंकि गुलाम कौम होवे पिंजरे च बंद होवे ते पिंजरा चारे पासों तोड़न का यतन करना चाहिए, कोई एक पासे नहीं लगे रहना चाहिए। क्योंकि किसी ना किसी राह दे विचों कुछ ना कुछ मिलेगा। पर एक गल सच है, कोई किसी को राज ना दे है जो ले है निज बल से ले। राज किसी ने नहीं देना ते लहू डोलन तो बिना राज मिलना नहीं। ये भी तुसी लिख के रख लो कितने, जिहड़ा बंदा तुहानू आण के यह कह जांदा कि मैं जी बंदे दे चीजी ते वड नहीं लगन देना ते मैं तुहानू राज लै दूंगा, झूठ बोल रहा। राज जिदन लैना है सिरां दे मुल भी पैने ने, सिरां दे मुल पै के बंद बंद भी कट्टिया जाना है, जमूरां नाल मास भी नोया जाना है, धियां पुत्तां दे कलेजे भी मूंह च पैने ने, ते मावां नूं अपने पुत्तरां दे हार आंदरां दे गलां च पवाने पैने ने, बोटी बोटी करा के फिर राज भाग की प्राप्ति होनी है। क्योंकि राज भाग रुकिया क्यों है? महाराज के बचन सन, जब लग खालसा रहे न्यारा तब लग तेज देऊं मैं सारा, जबहे गए विपरण की रीत मैं ना करूं इनकी प्रतीत। ते जदों असी पेपर दी रीत तुरे सतगुर सच्चे पातशाह ने जिहड़ा राज बख्शिया सी उह खो लिया, ते वापस किवें मिलना? जदों कोई नाराज हो जावे साडे तों उहदी सेवा करी दी है उहनूं मनाईदा है, ते जे गुरु साहब सच्चे पातशाह साडे तों नाराज हो गए ने ते इहनां दी सेवा किवें करनी है? इहनां दी सेवा इस करके करनी है कि जदों प्रीख्या की है, मनुख की प्रीख्या यह है भी गुरु फिर कष्ट दिंदा है, ते जिहड़ा कष्ट नूं भाणे दे रूप च हस के जर लवे, जिहड़ा बंद बंद कटवा के भी गुरु की बाणी पढ़े, जिहड़ा बंद बंद कटवा के जिहड़ा खोपड़ियां लहा के भी गुरु दे नाल जुड़िया रवे, ते फिर गुरु उहदी निगाह सवली हो जाती है, गुरु का प्रेम जिहड़ा गुरु मुड़ कौम नूं करन लग पैंदा। सो आपां राज इह नहीं भी हिंदुस्तान की हुकूमत को मंगदे हां, असीं राज किसी हुकूमत को नहीं मंगदे, ना इहनां को असीं हक मंगदे हां। असीं हक भी गुरु साहब को मंगते हैं, राज भी उन्होंने को मंगते हैं, पर प्रीख्या गुरु ने इसे संसार च लेनी है। तो जे सिख डरदा मौत तो फिरे, जे सिख वड टुक तो डरदा फिरे, जे सिख जेलों तो डरदा फिरे, परचियों तो डरदा फिरे, तो फिर गुरु ने राज कदों देना? राज ते गुरु ने उसे बिठाना है, उदों बिठाना है जो असी राज के काबल बन गए। सो नौजवानों, बार बार मैं एक गल क्यों कहना कि सानू गुरु घर मुड़ना पैना। हिंदुस्तान की हुकूमत ने तहैया किया सिखां दे पुत्र सिखां अगे लगन ना, हिंदुस्तान की हुकूमत ने ऐसियां चालां खेडियां भी हिंदुस्तान दे विच रहिंदियां जिहड़े सिख सन उन उह अपने सरूप तो घिरना करन लग पे, उहनां नूं अपने दाड़े नहीं चंगे लगदे, अपनी दस्तारां नहीं चंगीआं लगदियां। इस करके जदों एक हुकूमत साडे कोल साजिश दे तहत कोई काम करा रही है उह काम असीं करना नहीं, असीं उहदे उल्ट जा के उह काम करना है। बागियां दा काम ही हुंदा बागियां दा काम यह हुंदा है भी बागियां ने बगावत करनी है, ते बगावत करके गुरु दे हुक्मां च चलना है। ते जे बागी जिहड़े ने जिहड़े अकाल पुरख दे पुजारी है, केवल अकाली शब्द दा अर्थ यह है भी केवल अकाल दी पूजा करनी, किसे दुनियावी हुकूमत दी दुनियावी राज दी दुनियावी तख्त दे अधीन नहीं चलना, सिर्फ अकाली बनना है, अकाल दे पुजारी बनना है। ते जिहड़े अकाली होण बागी होण वह हुकूमत दीआं गल्लां मन के हुकूमत दे प्रापोकुटे दा शिकार हो के दाड़ियां मना लैण, केस कतल करा लैण, भरवट्टे बना लैण, दस्तारां ला देण, तां फिर तुसीं दसो भी असीं किहड़ा राज लैण दी गल करदे हां। सो राज सानूं चाहीदा, फिर गुरु दे हुकमां चलना पैणा। ते गुरु दा हुकम की है भी केसाधारी होना, शस्त्रधारी होना, शस्त्रधारी हो के गुरु दे दर्शन आउणा करना। ते साडे कोल अज इत्थे नौजवान इन्ने बैठे आ, जे तुसीं शस्त्रधारी होवो बाणा पाया होवे
नीला ते केड़ा बंदा तुहानू आण के कह दूगा भी भाई जिदा पास्टर पिंडा जाण के पुछदे ने बार बार भी गुरु ने की दिता है। ये किसी निहंग सिंह नू पुछदे वेखे तुसी कदी भी गुरु ने तुहानू की दिता है? ये पुछदे क्यों ने? क्योंकि उन्होंने लगता भी ये गुरु के सिख रहे नहीं, इन्ह के मूँह ते दाढ़ी नहीं, इन्ह के सिर ते दस्तार नहीं, इन्ह के हाथ शस्त्र नहीं, इन्हों के सामने इन्हों की गुरु की कोई तोहीन करते उन्हें कड़ा कुछ कहना अगर तो वाकया गल ठीक है। इनिया बेदबियां हो गई तो पंथ के जोड़े बड़े बड़े विद्वान बने फिरते हैं उन्होंने कोई होश नहीं आई। अजे भी सवाल वो करी जाते नौजवानों के भी नौजवान इदा क्यों कर रहे जे नौजवानों ने पुत मरा देने कौम के दे। जेडे आ पिंड है इतने जिन्हें शहीद होए ने उन्होंने भी गिणती कर लियो, जिन्हें चिट्टे का टीका ला के मर गए उन्होंने भी गिणती कर लियो। तो मैं दावे ना कह दिना चिट्टे ना मरन वाले की गिणती ज़्यादा होनी है। क्यों होनी है? क्योंकि हुकूमत ने अपना तरीका बदलिया नौजवानों का घाण करन दा। एक गैरतमंदी की मौत सी, अज शहीदां दे याद च कट्ठे होए हैं। शहीद की मौत जिहड़ी है वह बड़ी उची मौत है, वह मौत प्रवान है गुरु नूं, ते गुरु ने उन्हूं सीने ना लाउणा है जिहड़ा इस मौत दे राह ते तुरिया है। ते जिहड़ी दूजी मौत है उन्हूं ते घर दे भी डरदे झूठ बोलदे ने, घर दे भी बदनामी तो डरदे झूठ बोल देंदे ने भी साडा मुंडा रात सुत्ता ही सौं गया, पता सारे नूं हुंदा भी की वापर रिहा। एक पासे जग जहान च दसीदा है कि फलाना सूरमा सी को लड़ के शहीद होया, वारां गाई दियां ने ढाडी वारां, ते दूजे पासे सारा पिंड रल के झूठ बोलता है, घर दे झूठ बोलते हैं, रिश्तेदार झूठ बोलते हैं, गुरु की हजूरी च खड़ के कही जाते हैं भी नहीं जी पता नहीं लगा की हो गया। सो इस करके भुलेखा असी जिन्हां चर अखां मीट छड़ांगे ते अखां मीट के कबूतर सोचता भी बिल्ली चल गई है, पर खतरा उत्थे खड़िया हुंदा। तुसीं सच तो जिन्ने मर्जी भज जाओ, सच तो भज के असीं अमरीका कनेडा जाके बह गए, सच तो भजन लई असीं इह जोर ला लिया भी पंजाब च नहीं रहना, तो उत्थे जाके पुछ लो जिन्हां नूं फोन करके जिहड़े गए ने भी संतुष्टि मिल गई है। जिहड़ा मनुख सच तो भजे, जिहड़ी कौम अपने हालातों तो भगौड़ी होने की कोशिश करे उहनूं किते ढोई नहीं मिलदी संसार दे विच, उहनूं किते आराम नहीं मिलता। बेचैनी ते भटकना उहदे जीवन का हिस्सा बन जाती है। सो जे असीं बेचैनी ते भटकना तो बचना है, इको तरीका है सच का सामना करिए। तो सच की है? सच यह है भी हराम के टुकड़ नालों चुल्हिया च घा उगालना चंगा हुंदा। असीं हराम का टुकड़ खा रहे हैं, जे जीवे पत लथी जाए सब हराम जेता किश खाए, ये महाराज के बचन ने। जिउंदिया जी साडी धीआं भैणां की पत लुटी गई, जिउंदिया जी साडे गुरु की बेदबी हो रही है, जिउंदिया जी साडे पाणी लुट्टे गए, साडे कोठियां जिहड़े नौजवान ने जिहड़े एडे एडे सूरमे बनने सी नाड़ च नशे का टीका ला के मर गए, ते असीं जदों रोटी खाने टोक खाने वह हराम दा नहीं ते कादा? ये सब कुछ हराम दा खा रहे हैं। एवें एक दूजे नूं दलासे देई जाइए भी बड़ी चढ़दी कला सारा कुछ, चढ़दी कला सच सब कारण च जरूर हैगी है। जे असीं मन लीए भी दशा साडी बहुत माड़ी है, जे असीं मन लीए भी साडी कौम ते गुलामी दा आलम बड़ा भैड़ा है, फिर भी असीं चढ़दी कला च। साडी ढहिंदी कला उदण है जदों असीं मनदे नहीं ते मन के तुरदे नहीं। सो नौजवानों तुसीं बहुत मैनूं मिलदे जो बड़े प्रेम नाल, ते मैनूं बड़ा प्रेम है जिहड़े नौजवान कई मोने कोने आण के कहिंदे भी असीं कौम लई कुछ भी करांगे। मेरी तुहाडे लई चरणां च बेनती है, इहनूं इह ना सोचियो भी मैं किसी हंकार दे विच भी मैं हुण आप मना पालिया ते मैं लोकां नूं मिणे मारदा फिरदा, इदां दी गल नहीं हैगी। मैं बड़े प्रेम ते निम्रता सहित तुहाडे चरणां च बेनती करदा भी तुसीं गुरु घर असीं बनना है सारिआं ने। गुरु नूं अपना जीवन तन मन तन सब कुछ गुरु नूं दे देना। ये समझ लो भी ये पीढ़ी जिहड़ी साडी है ना, ये गुरु लिखे ही लगनी है। इस पीढ़ी ने कुछ नहीं करना, असीं अपने माँ प्यो की सेवा तो कितने रह जाइए तो रह जाइए, असीं अपने घर बार की सेवा तो रह जाइए तो रह जाइए, पक्का घर पा सकीए जां ना सकीए, पर यह काम सोच तहैया कर लो कि इस कौमी महल जिहड़ा है जिहदे पिछे इन्नियां शहादतां होईआं, जिहदी इट इट ते हजारां सिर लगे ने, उस महल नूं पक्कियां इस पीढ़ी ने करना। यह तहैया कर लो ते मन दे विच इह सुपना रखो, अपने मन दे विच विचार रखो कि जिन्ना चिर साडा घर नहीं बणदा ओ कर। ये पुछते हैं राज किवें दा करोगे? तौल धर्म दया का पूत, दया दा राज बेगमपुरा जिथे किसी नूं गम नहीं, जिथे किसी धी भैण की पत लुटी नहीं जाती, तो जे कि ऐसी घटना वापरती है तो ऐसी मिसाली सज़ा दी जाऊ भी अगे तो दुनिया के विच कोई यह ना कहूगा भी भाई ये काम हो गया तो सरकारां हुकूमतां चुप करके बैठियां। जिथे राज धन धन श्री गुरु ग्रंथ साहिब महाराज की हजूरी च होगा, जिथे धर्म का कुंडा राजसी मनुख के उत्ते होगा, जिथे धर्म राजसी मनुख के पैरों च नहीं बैठा होगा। सो इस करके असी वो राज करन दी गल करते हैं, तो यह शर्म वाली गल नहीं। जे कोई पुछे कि तुसी राज चाहते जो, तो डट के कहना भी असी चाहते हैं,
ते इस तो कदी भी झकना नहीं, क्योंकि ये जिहड़ी हुकूमत है ये ना सोचियो कि जे तुसी कह दिता कि नहीं चाहते राज ते फिर असी वो छड़ देंगे सानू। उन्होंने दिल्ली के सिखां दा कतलेआम किया, वह किहड़ा राज मंगते सी? उन्हें कोई राज नहीं सी मंगिया। बहुते सिख संतां दे विरोधी भी रहे उत्थे, पर जदों उन्होंने वेख्या भी सिख सिख ही है, उन्होंने उत्थे कतलेआम करना शुरू कर दिता। सो अज जदों मार पैनी है, मैनूं अगे भी मैं एक स्टेज तो बोलिया सी, मैं अज फिर कह दिंदा है कि मैं ये नहीं कहिंदा भी तुसीं नशे छड्ड दिओ ते तुहाडा जीवन असीं बचा लैणा है। मैं तो सगों ये कहना भी तुसीं नशे छड्डो, क्योंकि मैं नहीं चाहुंदा भी तुसीं ते असीं रल के कोई नशे च मौत मरीए। असीं वड्डा नशा लाउणा नाम दा, आजादी दा नशा। मरना उत्थे भी है, मरना इत्थे भी है, पर दोनों मौतों च बहुत वड्डा अंतर है। एक पासे मरीए तो संसार सजदे करदा है, मड़ी दे उत्ते लोग आण के मड़ी दी राख चुक के लै जांदे, जिवें दीप सिद्धू दी लैके गए, उहदी राख लोग घरां नूं लै गए अपणियां नूं, भी उहदे च वी बड़ा बल है, बड़ी बख्शिश है। तो एक पासे कोई मर जाए उहदे भोग ते जाण लग्गिया लोग, बजुर्ग बंदा जांदा जवान कोई वड़दा ही उत्थे नहीं, तो जिहड़े जांदे ने मैं अगे गल कीती सी सब झूठ बोली जांदे ने। सो दो तरह की मौत है, लड़ के मैदान दे विच मरना है कौमी संघर्ष करदिआं, जां फिर किसे नाली च डिग के किसे सुखे दी बूटी च किसे खंडर च अपने आप नूं कोई टीका ला के मर जाना। दो तरह की मौत है, दोनों चों तुसीं चुणनी है कि चुननी है। मेरा ना तो इन्हां मावां नूं कोई दावा है जिन्हां दे पुत नशियां च लगे ने कि तुहाडा पुत उधरों बचा के ते सारी उम्र जी तुहाडी सेवा करूगा। सेवा करनी है गुरु की, तो गुरु की सेवा करदे जदों कोई ऐसे हालात बन जाण कि सिर दित्तिआं बाज नहीं रहना, धर्म सिर दित्तिआं बाज नहीं रहना, तो फिर सिर देना ही एक हल बन जाता। सो इन्नियां मेरियां बेनतियां प्रवान करो।